मार दो यार, दो मिनट का रुको यार, यहां के मेरे पीछे यार। बीजेपी के प्रधान श्वेत मलिक साडे नाल आर्थिक लीडरशिप थोड़ी जेडी मुहिम चल रही है, नौजवान यार पीछे गल आते यार, लिखे में चल रही है, बहुत बेहतरीन ਇਹ ਮੁਹਿੰਮ ਹੈ। ਯਾਰ ਕਿੱਥੇ ਵਿੱਚ ਕਰਾਏਗਾ ਬਲ ਕੇਂਦਰੀ ਨੇਤਰਤਵ ਵੱਲੋਂ ਜੋ ਟੀਚਾ ਮਿਲਿਆ ਸੀ ਮੈਂਬਰਸ਼ਿਪ ਦਾ, ਇਹ ਕਾਰਜਕਰਤਾਵਾਂ ਦਾ ਜੋਸ਼ ਤੁਸੀਂ ਦੇਖੋ, ਇਹਨਾਂ ਦਾ ਉਤਸ਼ਾਹ ਤੁਸੀਂ ਦੇਖੋ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਜੋ ਸਿਪਾਹੀ ਨੇ, ਅਮਿਤ ਸ਼ਾਹ ਜੀ ਨੱਡਾ ਜੀ ਦੇ ਸਿਪਾਹੀ ਨੇ, ਅਸੀਂ 7 ਲੱਖ ਤੋਂ ਵੱਧ ਮੈਂਬਰਸ਼ਿਪ ਜਿਹੜੀ ਹੈ, ਨਵੇਂ ਮੈਂਬਰ ਜਿਹੜੇ ਨੇ ਉਹ ਪੰਜਾਬ ਵਿੱਚ ਬਣਾ ਲਏ ਨੇ, ਔਰ ਇਹ ਨਿਰੰਤਰ ਜਾਰੀ ਹੈ ਔਰ ਜਨਵਰੀ ਤੱਕ ਜਾਰੀ ਰਹੇਗੀ। ਅੱਜ ਪੰਜਾਬ ਵਿੱਚ ਲੋਕ ਜੁੜ ਚੁੱਕੇ ਨੇ ਤੁਹਾਡੇ ਨਾਲ, ਬਹੁਤ ਵੱਡੀ ਸੰਖਿਆ ਦੇ ਵਿੱਚ ਸਾਰੇ ਪੰਜਾਬ ਵਿੱਚ ਲੋਕ ਜੁੜ ਰਹੇ ਨੇ, ਔਰ ਸਰਪੰਚ ਵੀ ਆਏ ਨੇ ਜੱਜ ਜੁੜਨ ਲਈ। ਇੱਕੋ ਟੀਚਾ ਮੈਂ ਲਿੱਤਾ ਸੀਗਾ ਕਿ ਬੀਜੇਪੀ ਨੂੰ 2022 ਤੱਕ ਸਭ ਤੋਂ ਵੱਡਾ ਦਲ ਬਣਾਉਣਾ, ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ, ਲੋਕ ਮੋਦੀ ਜੀ ਤੋਂ ਪ੍ਰਭਾਵਿਤ ਹੋ ਕੇ, ਮੋਦੀ ਜੀ ਦੀਆਂ ਜਨ ਹਿਤੈਸ਼ੀ ਸੁਵਿਧਾਵਾਂ ਤੋਂ ਪ੍ਰਭਾਵਿਤ ਹੋ ਕੇ ਬੀਜੇਪੀ ਦੇ ਨਾਲ ਜੁੜ ਰਹੇ ਨੇ, ਔਰ ਉਹ ਸਮੇਂ ਦੂਰ ਨਹੀਂ ਕਿ ਜਿਸ ਤਰ੍ਹਾਂ ਬੀਜੇਪੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਉਸ ਤਰ੍ਹਾਂ ਹੀ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ। 2022 ਦੇ ਵਿੱਚ ਪੰਜਾਬ 'ਚ ਕਮਲ ਖੇਡਣ ਵਾਲਾ, 2022 ਤੱਕ ਪੰਜਾਬ ਦੇ ਹਰ ਘਰ ਔਰ ਮੋਦੀ ਜੀ ਦੀਆਂ ਜਿਹੜੀਆਂ ਜਨ ਸੁਵਿਧਾਵਾਂ ਨੇ, ਉਹਨਾਂ ਦੀ ਜਿਹੜੀ ਸੁਗੰਧ ਹੈ ਉਹ ਹਰ ਘਰ ਤੱਕ। ਪਾਕਿਸਤਾਨ ਵਿੱਚ ਪਾਣੀ ਜਾ ਰਿਹਾ ਹੈ ਉੱਥੇ ਉਹਨਾਂ ਨੇ ਡੈਮ ਬਣਾ ਰਹੇ ਨੇ, ਜਿਹਦੇ ਨਾਲ ਕਿ ਉਹ ਸਾਰੇ ਹੀ ਮੁੱਦਾ ਹੀ ਸੁਲਝਾ ਦੇਣਗੇ ਪ੍ਰਧਾਨ ਮੰਤਰੀ ਮੋਦੀ ਜੀ। ਇਹ ਪਾਕਿਸਤਾਨ ਨੂੰ ਜਾਣ ਵਾਲਾ ਫਾਲਤੂ ਪਾਣੀ ਜਿਹੜੀਆਂ ਪੰਜਾਬ ਅਤੇ ਜਿਹੜੀਆਂ ਬੀਜੇਪੀ ਦੇ ਅਕਾਲੀ ਦਲ ਆਏ, ਲੋਕ ਮਾਸ ਦਾ ਰਿਸ਼ਤਾ ਹੈ, ਅਸੀਂ ਵੀ ਆਪਣੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਾਂ, ਅਕਾਲੀ ਦਲ ਕਰ ਰਹੇ ਹਾਂ, ਪੰਜਾਬ ਦੇ ਖੂਨੀ ਪੰਜੇ ਨੇ। ਅੱਜ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਸ਼ਹਿਰ ਵਿੱਚ ਆਇਆ, ਜਿਹੜੇ ਕਿ ਕੁੰਭਕਰਨ ਬੰਦ ਕੇ ਸੁੱਤੇ ਨੇ ਔਰ 3 ਸਾਲ ਨਿਕਲੇ, ਅੱਜ ਪੰਜਾਬ ਵਿੱਚ ਸਰਕਾਰ ਨਾਲ ਦੀ ਚੀਜ਼ ਨਹੀਂ, ਜਨਤਾ ਨੂੰ ਵੈਂਟੀਲੇਟਰ ਤੇ ਪਾ ਦਿੱਤਾ ਕਾਂਗਰਸ ਦਾ ਪੰਜਾ, ਜਨਤਾ ਦਾ ਉਸ ਤੋਂ ਬਚਾਉਣ ਦੇ ਲਈ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਕੇ ਕਾਂਗਰਸ ਤੋਂ ਦੇਸ਼ ਖੂਨੀ ਪੰਜੇ ਤੋਂ